ਮੈਨੂੰ ਤੇ ਹਰ ਵਕਤ ਸਿਰਫ ਆਪਣੇ ਰਿਸ਼ਤੇਦਾਰਾਂ ਦੀ ਪਈ ਰਹਿੰਦੀ ਹੈ। ਮੈਨੂੰ ਕਿਹੜਾ ਆਪਣੇ ਰਿਸ਼ਤੇਦਾਰਾਂ ਦੀ ਪਈ ਰਹਿੰਦੀ ਹੈ? ਇੱਥੇ ਮੈਂ ਆਪਣੀ ਸੱਸ ਨੂੰ ਛੱਡ ਕੇ ਤੁਹਾਡੀ ਸੱਸ ਦੇ ਨਾਲ ਸ਼ਾਪਿੰਗ ਤੇ ਗਈ। ਮੇਰੇ ਆਪਣੇ ਸਹੁਰੇ ਦਾ ਮੋਬਾਈਲ ਖਰਾਬ ਹੈ ਕਿੰਨੇ ਦਿਨਾਂ ਦਾ, ਪਰ ਤੁਹਾਨੂੰ ਸ਼ਿਕਾਇਤ ਨਾ ਹੋਵੇ ਮੈਂ ਤੁਹਾਡੇ ਸਹੁਰੇ ਨੂੰ ਜਾ ਕੇ ਨਵਾਂ ਮੋਬਾਈਲ ਲੈ ਕੇ ਦਿੱਤੇ ਕਿ ਇਹਨਾਂ ਨੂੰ ਕੋਈ ਸ਼ਿਕਾਇਤ ਨਾ ਹੋਵੇ, ਇਹ ਤੁਹਾਨੂੰ ਕੁਛ ਨਾ ਆਖਣ। ਹੋਰ ਤੇ ਹੋਰ ਛੱਡੋ, ਤੁਹਾਡੇ ਸਾਰਿਆਂ ਨੂੰ 10,000 ਦੀ ਲੋੜ ਹੀ। ਮੈਂ ਆਖਿਆ ਨਾ, ਮੇਰੇ ਮੀਆਂ ਨੂੰ ਕੋਈ ਸ਼ਿਕਾਇਤ ਨਾ ਹੋਵੇ, ਇਹ ਵੀ ਤੇਰੇ ਰਿਸ਼ਤੇਦਾਰ ਨੇ, ਮੈਂ ਉਹਨੂੰ 50,000 ਦੇ ਕੇ ਆਈ। ਤੁਸੀਂ ਹੋਰ ਕਿਵੇਂ ਖੁਸ਼ ਹੋਣਾ, ਇਹ ਵੀ ਤਾਂ ਤੁਹਾਡੇ ਰਿਸ਼ਤੇਦਾਰ ਹੀ ਨੇ ਨਾ, ਉਹਨਾਂ ਨੂੰ ਵੀ ਤਾਂ ਰਾਜ਼ੀ ਕਰਨੀ ਆ। ਯਾਰ ਮੇਰੇ ਕੋਲ ਗਲਤੀ ਹੋ ਗਈ, ਮੈਂ ਸੋਚਿਆ ਨਹੀਂ।